ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਜਗਤ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ ਗੱਲ ਕਰਦੇ ਹਾਂ ਪੰਜਾਬੀ ਅਦਾਕਾਰਾ ਐਂਡ ਸਿੰਗਰ ਸੁਨੰਦਾ ਸ਼ਰਮਾ ਦੀ ਸੁਨੰਦਾ ਸ਼ਰਮਾ ਜੋ ਕਿ ਲੰਮੇ ਅਰਸੇ ਤੋਂ ਬਾਅਦ ਫੈਨਸ ਦੇ ਰੂਬਰੂ ਆ ਰਹੀ ਹੈ ਆਪਣਾ ਨਵਾਂ ਗੀਤ ਲੈ ਕੇ ਮੈਂ ਇਸ ਗੀਤ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹਾਲ ਫਿਲਹਾਲ ਹੀ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਦੇ ਆਪੋਜ਼ਿਟ ਦੇਵ ਖਰੋੜ ਦਿਖਾਈ ਦੇ ਰਹੇ ਨੇ ਵਾਲੇ ਇਸ ਜੋੜੀ ਨੂੰ ਇਸ ਗੀਤ ਦੇ ਵਿੱਚ ਵੇਖਣ ਲਈ ਹਰ ਕੋਈ ਐਕਸਾਈਟਿਡ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਇਨੀ ਦਿਨੀ ਸੁਨੰਦਾ ਸ਼ਰਮਾ ਆਪਣੇ ਨਵੇਂ ਗੀਤ ਜੱਟ ਦਸਤਾ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਸੁਨੰਦਾ ਸ਼ਰਮਾ ਦੇ ਇਸ ਗੀਤ ਦਾ ਇੰਤਜ਼ਾਰ ਹਰ ਕੋਈ ਬੇਸਬਰੀ ਦੇ ਨਾਲ ਕਰ ਰਿਹਾ ਹੈ ਹੁਣ ਸੁਨੰਦਾ ਸ਼ਰਮਾ ਨੇ ਫੈਨਸ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਜੱਟ ਦਸਤਾ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਇਸ ਗਾਣੇ ਵਿੱਚ ਸੁਨੰਦਾ ਸ਼ਰਮਾ ਦੇਵ ਖਰੋੜ ਦੇ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ ਗਾਣੇ ਵਿੱਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ ਗਾਣੇ ਦੀ ਵੀਡੀਓ ਵਿੱਚ ਦੇਵ ਖਰੋੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਨੇ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖ ਕੇ ਫੈਨਸ ਹੁਣ ਪੂਰੇ ਗਾਣੇ ਦੀ ਉਡੀਕ ਕਰ ਰਹੇ ਨੇ ਸੁਨੰਦਾ ਨੇ ਇਸ ਗਾਣੇ ਦੇ ਟੀਜ਼ਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਕੈਂਟ ਗੱਭਰੂ ਦੇ ਸੋਹਣੀ ਮੁਟਿਆਰ ਦੀ ਕਹਾਣੀ ਪੇਸ਼ ਕਰ ਰਹੇ ਹਾਂ ਇਸ ਗੀਤ ਰਾਹੀਂ ਟੀਜ਼ਰ ਦਾ ਆਨੰਦ ਮਾਣੋ ਬਾਦਸ਼ਾਹ ਦੱਸ ਦਈਏ ਕਿ ਸੁਨੰਦਾ ਸ਼ਰਮਾ ਦਾ ਇਹ ਗਾਣਾ 18 ਮਈ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਸੁਨੰਦਾ ਦੇ ਦੇਵ ਖਰੋੜ ਦੇ ਫੈਨਸ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਨੇ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਲੰਮੇ ਸਮੇਂ ਤੋਂ ਕੋਈ ਗੀਤ ਨਹੀਂ ਕੱਢਿਆ ਹੈ ਇਸ ਲਈ ਫੈਨਸ ਬੇਸਬਰੀ ਦੇ ਨਾਲ ਇਸ ਗਾਣੇ ਦੀ ਉਡੀਕ ਕਰ ਰਹੇ ਨੇ ਇਸ ਦੇ ਨਾਲ ਹੀ ਦੇਵ ਖਰੋੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਲੈਕ ਏਅਰ 2 ਵਿੱਚ ਨਜ਼ਰ ਆਉਣ ਵਾਲੇ ਨੇ ਦੱਸ ਦਈਏ ਕਿ ਇਹ ਫਿਲਮ ਅਗਸਤ ਵਿੱਚ ਰਿਲੀਜ਼ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਦੇਵ ਐਮੀ ਵਿਰਕ ਦੇ ਨਾਲ ਫਿਲਮ ਮੋੜ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਮੈਂ ਸਿਮਰਨ ਫੈਕਟ ਇਸ ਬਾਲੀਵੁੱਡ ਜਗਤ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ ਗੱਲ ਕਰਦੇ ਹਾਂ ਪੰਜਾਬੀ ਅਦਾਕਾਰਾ ਐਂਡ ਸਿੰਗਰ ਸੁਨੰਦਾ ਸ਼ਰਮਾ ਦੀ ਸੁਨੰਦਾ ਸ਼ਰਮਾ ਜੋ ਕਿ ਲੰਮੇ ਅਰਸੇ ਤੋਂ ਬਾਅਦ ਫੈਨਸ ਦੇ ਰੂਬਰੂ ਆ ਰਹੀ ਹੈ ਆਪਣਾ ਨਵਾਂ ਗੀਤ ਲੈ ਕੇ ਮੈਂ ਇਸ ਗੀਤ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹਾਲ ਫਿਲਹਾਲ ਹੀ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਦੇ ਆਪੋਜ਼ਿਟ ਦੇਵ ਖਰੋੜ ਦਿਖਾਈ ਦੇ ਰਹੇ ਨੇ ਵਾਲੇ ਇਸ ਜੋੜੀ ਨੂੰ ਇਸ ਗੀਤ ਦੇ ਵਿੱਚ ਵੇਖਣ ਲਈ ਹਰ ਕੋਈ ਐਕਸਾਈਟਿਡ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ ਇਨੀ ਦਿਨੀ ਸੁਨੰਦਾ ਸ਼ਰਮਾ ਆਪਣੇ ਨਵੇਂ ਗੀਤ ਜੱਟ ਦਸਤਾ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਸੁਨੰਦਾ ਸ਼ਰਮਾ ਦੇ ਇਸ ਗੀਤ ਦਾ ਇੰਤਜ਼ਾਰ ਹਰ ਕੋਈ ਬੇਸਬਰੀ ਦੇ ਨਾਲ ਕਰ ਰਿਹਾ ਹੈ ਹੁਣ ਸੁਨੰਦਾ ਸ਼ਰਮਾ ਨੇ ਫੈਨਸ ਦੇ ਇੰਤਜ਼ਾਰ ਨੂੰ ਖਤਮ ਕਰਦਿਆਂ ਜੱਟ ਦਸਤਾ ਦਾ ਧਮਾਕੇਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਇਸ ਗਾਣੇ ਵਿੱਚ ਸੁਨੰਦਾ ਸ਼ਰਮਾ ਦੇਵ ਖਰੋੜ ਦੇ ਨਾਲ ਰੋਮਾਂਸ ਕਰਦੀ ਦਿਖਾਈ ਦੇਵੇਗੀ ਗਾਣੇ ਵਿੱਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ ਗਾਣੇ ਦੀ ਵੀਡੀਓ ਵਿੱਚ ਦੇਵ ਖਰੋੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਨੇ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖ ਕੇ ਫੈਨਸ ਹੁਣ ਪੂਰੇ ਗਾਣੇ ਦੀ ਉਡੀਕ ਕਰ ਰਹੇ ਨੇ ਸੁਨੰਦਾ ਨੇ ਇਸ ਗਾਣੇ ਦੇ ਟੀਜ਼ਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਕੈਂਟ ਗੱਭਰੂ ਦੇ ਸੋਹਣੀ ਮੁਟਿਆਰ ਦੀ ਕਹਾਣੀ ਪੇਸ਼ ਕਰ ਰਹੇ ਹਾਂ ਇਸ ਗੀਤ ਰਾਹੀਂ ਟੀਜ਼ਰ ਦਾ ਆਨੰਦ ਮਾਣੋ ਬਾਦਸ਼ਾਹ ਦੱਸ ਦਈਏ ਕਿ ਸੁਨੰਦਾ ਸ਼ਰਮਾ ਦਾ ਇਹ ਗਾਣਾ 18 ਮਈ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਸੁਨੰਦਾ ਦੇ ਦੇਵ ਖਰੋੜ ਦੇ ਫੈਨਸ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਨੇ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਲੰਮੇ ਸਮੇਂ ਤੋਂ ਕੋਈ ਗੀਤ ਨਹੀਂ ਕੱਢਿਆ ਹੈ ਇਸ ਲਈ ਫੈਨਸ ਬੇਸਬਰੀ ਦੇ ਨਾਲ ਇਸ ਗਾਣੇ ਦੀ ਉਡੀਕ ਕਰ ਰਹੇ ਨੇ ਇਸ ਦੇ ਨਾਲ ਹੀ ਦੇਵ ਖਰੋੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਲੈਕ ਏਅਰ 2 ਵਿੱਚ ਨਜ਼ਰ ਆਉਣ ਵਾਲੇ ਨੇ ਦੱਸ ਦਈਏ ਕਿ ਇਹ ਫਿਲਮ ਅਗਸਤ ਵਿੱਚ ਰਿਲੀਜ਼ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਦੇਵ ਐਮੀ ਵਿਰਕ ਦੇ ਨਾਲ ਫਿਲਮ ਮੋੜ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ